ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ 9 ਅਪ੍ਰੈਲ ਦੀਆਂ ਕੁਝ ਮੁੱਖ ਵੱਡੀਆਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਖਬਰਾਂ ਲੈ ਕੇ ਹਾਜ਼ਰਾਂ ਸਭ ਤੋਂ ਬਾਅਦ ਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਕੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਨਵੀਂ ਮਾਈਨਿੰਗ ਨੀਤੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਨੇ ਕਿਹਾ ਹੈ ਕਿ 6 ਮਹੀਨਿਆਂ ਦੇ ਅੰਦਰ ਨੀਤੀ ਜਾਰੀ ਕੀਤੀ ਜਾਵੇਗੀ ਤਾਂ ਇਸ ਦੌਰਾਨ ਪੰਜਾਬ ਸਰਕਾਰ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੁਟਕੀ ਲੈਣ ਦਾ ਹੈ ਦੋਸ਼ ਲਗਾਇਆ ਹੈ ਕਿ 1 ਮਹੀਨੇ ਪਹਿਲਾਂ ਰੇਤ ਦੀ ਟਰਾਲੀ ਦੀ ਕੀਮਤ 4000 ਰੁਪਏ ਸੀ ਤੇ ਹੁਣ 9000 ਰੁਪਏ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਰੇਤਾ ਬਜਰੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਜਿਸ ਕਾਰਨ ਉਸਾਰੀ ਦਾ ਕੰਮ ਠੱਪ ਹੋ ਗਿਆ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੇ ਰੇਤ ਦੇ 20000 ਕਰੋੜ ਰੁਪਏ ਕਿੱਥੇ ਹਨ ਕਿ ਜੋ ਭਾਰਤ ਪੰਜਾਬ ਸਰਕਾਰ ਨੂੰ ਰੇਤ ਤੋਂ ਬਚਤ ਹੋ ਰਹੀ ਹੈ ਜਾਂ ਲਾਭ ਮਿਲ ਰਿਹਾ ਹੈ ਉਹ 20000 ਕਰੋੜ ਰੁਪਏ ਹੁਣ ਕਿੱਥੇ ਜਾ ਰਹੇ ਨੇ ਕਿਉਂਕਿ ਰੇਤਾ ਪਹਿਲਾਂ ਦੇ ਨਾਲੋਂ ਦੁੱਗਣੇ ਰੇਟਾਂ ਉੱਪਰ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ ਸੋ ਜਿਸ ਕਰਕੇ ਪੂਰੀ ਤਰ੍ਹਾਂ ਰੇਤ ਮਾਈਨਿੰਗ ਦੇ ਉੱਪਰ ਜਾਂ ਕਹੀਏ ਰੇਤ ਮਾਫੀਆ ਦੇ ਉੱਪਰ ਲਗਾਅ ਲਗਾਉਣ ਦੇ ਉੱਪਰ ਆਮ ਆਦਮੀ ਪਾਰਟੀ ਬੇ ਇੱਕ ਵਾਰ ਫਿਰ ਅਸਮਰਥ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੇ ਵਕ ਵਕ ਹੋਰ ਪਾਰਟੀਆਂ ਦੇ ਆਗੂ ਨੇ ਹੁਣ ਆਮਾਦੀਪਾਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਤੇ ਅਗਲੀ ਖਬਰ ਹੈ ਕਿ ਬੰਗਲੌਰੂ ਚ ਡੀਬੀਐਸ ਸਣੇ 6 ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਪੁਲਿਸ ਨੇ ਖਾਲੀ ਕਰਵਾਏ ਸਕੂਲ ਬੰਗਲੌਰੂ ਕਰਨਾਟਕਾ ਦੀ ਰਾਜਧਾਨੀ ਦੇ ਵਿੱਚ 6 ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਇਸ ਕਰਕੇ ਸਕੂਲਾਂ ਚ ਬੇहद ਸ਼ਕਤੀਸ਼ਾਲੀ ਬੰਬ ਲਗਾਏ ਹਨ ਉਹਨੇ ਦੱਸਿਆ ਹੈ ਤੇ ਇਹ ਧਮਕੀ ਬੀ ਈਮੇਲ ਮਿਲਣ ਤੋਂ ਬਾਅਦ ਹੀ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ ਤੇ ਅਗਲੀ ਖਬਰ ਹੈ ਕਿ ਹੁਣ ਲੋਕਾਂ ਨੂੰ ਬਿਨਾ ਡੈਬਿਟ ਕਾਰਡ ਪਾਏ ਏਟੀਐਮ ਚੋਂ ਪੈਸੇ ਕਢਵਾਉਣ ਦੀ ਮਿਲੇਗੀ ਸਹੂਲਤ ਇਹ ਸਹੂਲਤ ਸਾਰੇ ਬੈਂਕਾਂ ਵਿੱਚ ਦਿੱਤੀ ਜਾਵੇਗੀ ਭਾਰਤੀ ਰਿਜ਼ਰਵ ਬੈਂਕ ਜਾਨਕੀ ਆਰਬੀਆਈ ਦੇ ਗਵਰਨਰ ਸ਼ਕਤੀ ਖਾਂਤ ਦਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਹੁਣ ਕੁਝ ਸਿਰਫ ਬੈਂਕਾਂ ਵਿੱਚ ਬਿਨਾ ਪੈਸੇ ਬਿਨਾ ਕਾਰਡ ਦੇ ਪੈਸੇ ਕਢਵਾਉਣ ਦੀ ਸਹੂਲਤ ਸੀ ਤੇ ਹੁਣ ਇਹ ਜਲਦੀ ਹੀ ਸਹੂਲਤ ਸਾਰੀਆਂ ਬੈਂਕਾਂ ਵਿੱਚ ਲਾਗੂ ਕਰ ਦਿੱਤੀ ਜਾਵੇਗੀ ਇਹ ਸਹੂਲਤ ਯੂਪੀਆਈ ਰਾਹੀਂ ਪੂਰੀ ਕੀਤੀ ਜਾਵੇਗੀ ਜਿਸ ਦੇ ਵਿੱਚ ਕਾਰਡ ਦੀ ਲੋੜ ਨਹੀਂ ਪਵੇਗੀ ਤੇ ਅਗਲੀ ਖਬਰ ਹੈ ਕਿ ਹੁਣ ਜਲਦ ਹੀ ਭਾਰਤੀ ਮੋਦੀ ਸਰਕਾਰ ਕਿਸਾਨਾਂ ਦੀ ਆਮਦ ਨੂੰ ਟੈਕਸ ਦੀ ਘਿਰੇ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਨੇ ਸੰਸਦੀ ਲੋਕ ਲੇਖਾ ਕਮੇਟੀ ਨੂੰ ਕਿਹਾ ਹੈ ਕਿ ਆਪਣੀ ਆਮਦਨ ਨੂੰ ਖੇਤੀ ਤੋਂ ਹੋਣ ਵਾਲੀ ਆਮਦਨ ਦੇ ਰੂਪ ਵਿੱਚ ਦਿਖਾ ਕੇ ਟੈਕਸ ਛੋਟਾ ਲੈਣ ਵਾਲਿਆਂ ਲਈ ਇੱਕ ਮਜ਼ਬੂਤ ਟਾਂਚਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਮਦਨ ਕਰ ਵਿਭਾਗਾਂ ਨੂੰ ਚਕਮਾ ਨਾ ਦੇ ਸਕਣ ਸਰਕਾਰ ਨੇ ਆਮਦਨ ਕਰ ਤੋਂ ਛੋਟੇ ਸਬੰਧ ਵਿੱਚ ਮੌਜੂਦਾ ਵਿਧੀਆਂ ਵਿੱਚ ਖਾਮੀਆਂ ਦਾ ਜ਼ਿਕਰ ਕੀਤਾ ਹੈ ਜੇ ਸੰਸਦੀ ਕਮੇਟੀ ਦੀ ਇਸ ਬੋਲਾਂ ਦੇ ਜਵਾਬ ਦੇ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਅਮੀਰ ਕਿਸਾਨਾਂ ਨੂੰ ਹੁਣ ਟੈਕਸ ਅਧਿਕਾਰੀਆਂ ਦੁਆਰਾ ਸਖਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਜੋ ਮੌਜੂਦਾ ਆਮਦਨ ਕਰੂ ਆਮਦਨ ਕਰ ਕਾਨੂੰਨ ਤਹਿਤ ਆਪਣੀ ਆਮਦਨ ਦੇ ਸਰੋਤ ਨੂੰ ਖੇਤੀਬਾੜੀ ਤੋਂ ਪ੍ਰਾਪਤ ਆਮਦਨ ਦੱਸ ਕੇ ਟੈਕਸ ਤੋਂ ਛੋਟ ਪ੍ਰਾਪਤ ਕਰ ਲੈਂਦੇ ਨੇ ਤੇ ਇੱਥੇ ਜ਼ਿਕਰ ਜੋਗ ਹੈ ਕਿ ਜਿਹੜੇ ਕਿਸਾਨਾਂ ਦੀ ਆਮਦਨ ਸਾਲਾਨਾ 10 ਲੱਖ ਤੋਂ ਜ਼ਿਆਦਾ ਹੋਵੇਗੀ ਤਾਂ ਉਹਨਾਂ ਨੂੰ ਟੈਕਸ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇਗਾ ਅਗਲੀ ਖਬਰ ਹੈ ਕੀ ਸੀਐਮ ਭਗਵੰਤ ਮਾਨ ਨੇ ਪਿਛਲੇ ਦਿਨੀ ਖੰਨਾ ਮੰਡੀ ਦੀ ਗੇੜ ਫੇਰੀ ਕਰਦੇ ਹੋਏ ਉਹਨਾਂ ਦੱਸਿਆ ਕਿ ਕੜਕੇ ਇਸ ਵਾਰ ਥੋੜ੍ਹਾ ਜਿਹਾ ਦੇਰੀ ਨਾਲ ਪੁੱਜ ਰਹੀ ਹੈ ਤੇ ਕਣਕਾਂ ਦਾ ਝਾੜ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੈ ਇਸ ਵਾਰ ਲਗਭਗ 135 ਲੱਖ ਮੀਟਰ ਗਟਨ ਕਣਕਾਣ ਦੀ ਉਮੀਦ ਹੈ ਸੂਬੇ ਦੇ ਵਿੱਚ 2262 ਮੰਡੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਵਿੱਚੋਂ 1862 ਬਾਕੀਆਂ ਮੰਡੀਆਂ ਹਨ ਤੇ 400 ਮੰਡੀਆਂ ਅਰਜੀ ਤੌਰ ਉਤੇ ਬਣਾਈਆਂ ਗਈਆਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਣਕ ਵਿੱਚ ਰਸਬੰਧੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਉਣ ਦੇ ਨਿਰਦੇਸ਼ ਸੀਐਮ ਵੱਲੋਂ ਦਿੱਤੇ ਗਏ ਨੇ। ਸੂਹ ਅਗਲੀ ਖਬਰ ਹੈ ਕਿ ਗੈਰ ਕਾਨੂੰਨੀ ਰੇਤ ਦੀ ਕਾਲਾ ਬਾਜ਼ਾਰੀ ਸੰਬੰਧੀ ਵਾਈਟ ਪੇਪਰ ਲਿਆਉਣ ਦੀ ਮੰਗ ਖੈਰਾ ਨੇ ਸੀਐਮ ਨੂੰ ਲਿਖੀ ਚਿੱਠੀ। ਖੈਰਾ ਨੇ ਕਿਹਾ ਹੈ ਕਿ ਮੈਂ ਆਪਣੇ ਟਵੀਟ ਵੇ ਜਾਮਾ ਦੇ ਪਾਰਟੀ ਦੇ ਕੌਮੀ ਗਵਰਨਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਥਲਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡਾ ਦਫ਼ਤਰੋਂ ਟੈਗ ਕੀਤਾ ਹੈ ਤਾਂ ਜੋ ਪੰਜਾਬ ਰਾਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਲੁੱਟ ਹੋਣ ਵਾਲੀ ਮਾਈਨਿੰਗ ਮਾਫੀਆ ਦਾ ਪਰਦਾਫਾਸ਼ ਕੀਤਾ ਜਾ ਸਕੇ ਤੇ ਅਗਲੀ ਖਬਰ ਹੈ ਕਿ ਹੁਣ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੇਗਾ ਸੰਯੁਕਤ ਸਮਾਜ ਮੋਰਚਾ ਸਯੁਗਤ ਸਮਾਰੋਹ ਚ ਮੋਰਚਾ ਦੇ ਆਗੂ ਵਿਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਹੁਣ ਇੱਕ ਵਾਰ ਫਿਰ ਪੰਜਾਬ ਦੇ ਲਈ ਲੜਾਈ ਲੜਨ ਦੀ ਤਿਆਰ ਹਾਂ ਤੇ ਉਹਨਾਂ ਨੇ ਪਹਿਲਾਂ ਤਿੰਨ ਕਾਨੂੰਨ ਖੇਤੀ ਕਾਨੂੰਨ ਸੀ ਜੋ ਬਿੱਲ ਵਾਪਸ ਕਰਾਉਣ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਉਹ ਹੁਣ ਪੰਜਾਬ ਦੇ ਪਾਣੀਆਂ ਦੇ ਲਈ ਲੜਾਈ ਲੜਨ ਦੇ ਲਈ ਮੈਦਾਨ ਵਿੱਚ ਉਤਰਨ ਜਾ ਰਹੇ ਨੇ ਤੇ ਅਗਲੀ ਖਬਰ ਹੈ ਕਿ ਸ਼੍ਰੀਲੰਕਾ ਦੇ ਵਿੱਚ ਜਿਵੇਂ ਇਸ ਵੇਲੇ ਆਰਥਿਕ ਤੰਗੀ ਆਈ ਹੋਈ ਹੈ ਤਾਂ ਉਸ ਦਾ ਪਿਆਰ ਨੇ ਕਿਨੇ ਨਤੀਜੇ ਉੱਥੋਂ ਦੇ ਵਸਨੀਕ ਨੂੰ ਭੁਗਤਣੇ ਪੈ ਰਹੇ ਨੇ శ్రీలంਕਾ ਦੇ ਵਿੱਚ ਦੁੱਧ ਦੀ ਕੀਮਤ 2000 ਰੁਪਏ ਲੀਟਰ ਹੈ ਚਾਹ ਇੱਕ 100 ਰੁਪਏ ਦੇ ਪ੍ਰਤੀ ਕੱਪ ਦੇ ਵਿੱਚ ਮਿਲ ਰਿਹਾ ਹੈ ਤੇ ਉੱਥੇ ਨਾਲ ਹੀ ਦੱਸਿਏ ਤਾਂ ਸਬਜ਼ੀਆਂ ਦੇ ਕੀਮਤਾਂ ਦੇ ਵਿੱਚ ਵੀ ਮਿਰਚ 700 ਰੁਪਏ ਕਿਲੋ ਹੈ ਆਲੂ 200 ਰੁਪਏ ਕਿਲੋ ਵਿਕ ਰਹੇ ਨੇ ਅਤੇ ਬਿਜਲੀ ਦੇ ਵੀ 10 ਤੋਂ ਲੈ ਕੇ 15 ਘੰਟੇ ਤੱਕ ਦੇ ਕੱਟ ਲੱਗ ਰਹੇ ਨੇ ਤੇ ਉਥੋਂ ਦੇ ਵਾਸੀ ਜੋ శ్రీలంਕਾ ਵਿੱਚ ਰਹਿੰਦੇ ਹਨ ਤਾਂ ਉਹਨਾਂ ਦਾ ਹੁਣ ਜੀਵਨੜਾ ਪੂਰੀ ਤਰ੍ਹਾਂ ਇੱਕ ਤਰ੍ਹਾਂ ਕਹੀਏ ਭੀ ਖਾਤਮੇ ਦੀ ਕगार ਉੱਪਰ ਪਹੁੰਚ ਗਿਆ ਕਿਉਂਕਿ ਇੰਨੀ ਮੰਗਾਈ ਦੇ ਵਿੱਚ ਕਿਸੇ ਆਮ ਵਿਅਕਤੀ ਦਾ ਜੀਵਨ ਬਸਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਭਾਰਤ ਨੇ శ్రీలంਕਾ ਨੂੰ ਤੁਰੰਤ 1 ਅਰਬ ਡਾਲਰ ਦੀ ਮਦਦ ਦਿੱਤੀ ਹੈ ਤੇ ਅਗਲੀ ਖਬਰ ਹੈ ਗੁਰਦਾਸਪੁਰ ਤਵਾਰੀਆ ਕਿ ਪਾਕਿਸਤਾਨੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇੱਕ ਡਰੋਨ ਸਰਹੱਦ ਪਾਰ ਭੇਜੇ ਜਾਣ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਰਹੀਆਂ ਤੇ ਅਜਿਹਾ ਹੀ ਮਾਮਲਾ ਇੱਕ ਹੋਰ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਡਰੋਨ ਗੁਰਦਾਸਪੁਰ ਬਾਰਡਰ ਆਊਟਰ ਪੋਸਟ ਰੋਜਾ ਨੇੜੇ ਦੁਪਹਿਰ ਕਰੀਬ 1.5 ਵਜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਬੀਐਸਐਫ ਦੀ 99 ਬਟਾਲੀਆਂ ਜਵਾਨਾਂ ਨੇ 16 ਦੇ ਕਰੀਬ ਡਰੋਨ ਦੀ ਦਿਸ਼ਾ ਵਿੱਚ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ ਤੇ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਨਸ਼ਾ ਸ਼ਰਿਆਂ ਬਿਕ ਰਿਹਾ ਹੈ ਅਜਿਹਾ ਮਾਮਲਾ ਇੱਕ ਮੋਗਾ ਦੇ ਵਿੱਚ ਆਇਆ ਹੈ ਜਿੱਥੇ ਅਕਤਾਂ 31 ਸਾਲਾ ਗੁਰਪ੍ਰੀਤ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਮੌਤ ਹੋ ਗਈ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਨੇ ਇਹ ਗੁਹਾਰ ਕੀਤੀ ਹੈ ਕਿ ਜਲਦੋਂ ਜਲਦ ਪੰਜਾਬ ਦੇ ਵਿੱਚ ਚਿੱਟਾ ਨਸ਼ਾ ਕੋਈ ਵੀ ਨਸ਼ਾ ਹੈ ਉਹ ਪੂਰੀ ਤਰ੍ਹਾਂ ਖਤਮ ਹੋਣਾ ਚਾਹੀਦਾ ਹੈ ਤਾਂ ਜੋ ਉਸਦੇ ਵਾਂਗ ਹੋਰ ਧੀਆਂ ਨਾ ਰੋਣ ਦੀ ਅਗਲੀ ਖਬਰ ਹੈ ਕਿ ਅਮਰੀਕੀ ਸੈਨੇਟ ਨੇ ਰੂਸ ਨਾਲ ਵਪਾਰ ਮੁਅਤਲ ਕਰਨ ਲਈ ਬਿੱਲ ਕੀਤਾ ਪਾਸ ਅਮਰੀਕੀ ਸੈਨੇਟ ਨੇ ਯੂਕਰੇਨ ਦੇ ਯੂਕਰੇਨ ਤੇ ਹਮਲੇ ਲੈ ਕੇ ਰੂਸ ਨਾਲ ਆਮ ਵਪਾਰਕ ਸਬੰਧਾਂ ਨੂੰ ਮੁਅਤਲ ਕਰਨ ਤੇ ਰੂਸ ਦੀ ਤੇਲ ਦੀਆਂ ਦਰਾਮਦਾਂ ਤੇ ਪਾਬੰਦੀ ਲਗਾਉਣ ਲਈ ਸਬੰਧ ਦੋ ਬਿੱਲਾਂ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਸੰਸਦ ਨੇ ਦੋਵੇਂ ਬਿੱਲਾਂ ਉੱਪਰ ਭਾਰੀ ਸਮਰਥਨ ਦਿੱਤਾ ਹੈ ਤੇ ਅਗਲੀ ਖਬਰ ਹੈ ਕਿ ਮਨੁੱਖੀ ਅਧਿਕਾਰ ਕੌਂਸਲ ਤੋਂ ਬਾਹਰ ਹੋਇਆ ਰੂਸ ਮਤੇ ਦੇ ਸਮਰਥਨ ਚ ਪਈਆਂ 93 ਵੋਟਾਂ ਭਾਰਤ ਨੇ ਬਣਾਈ ਦੂਰੀ ਸੰਯੁਕਤ ਰਾਸ਼ਟਰ ਮਹਾਸਭਾ ਚ ਰੂਸ ਨੂੰ ਸੰਯੁਕਤ ਰਾਸ਼ਟਰੀ ਮਨੁੱਖੀ ਅਧਿਕਾਰ ਕੌਂਸਲ ਤੋਂ ਮੋਤਰ ਕਰਨ ਦੇ ਪ੍ਰਸਤਾਵ ਦੇ ਵਿੱਚ ਵੀਰਵਾਰ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ ਹੈ ਮਤੇ ਦੇ ਪੱਖ ਵਿੱਚ 93 ਦੇਸ਼ਾਂ ਨੇ VOTING ਕੀਤੀ ਜਦਕਿ ਚੀਨ, ਕਿਊਬਾ, ਬੇਲਾਰੂਸ, ਕੋਲੰਬੀਆ, ਸੋਰੀ ਬੋਲੋਬੀਆ, ਵਿਅਤਨਾਮ ਅਤੇ ਸਮੇਤ 24 ਦੇਸ਼ਾਂ ਨੇ ਰੂਸ ਨੂੰ ਮੋਤਲ ਕਰਨ ਦੇ ਪ੍ਰਸਤਾਵ ਦੇ ਵਿਰੋਧ ਦੇ ਵਿੱਚ ਵੋਟ ਪਾਈ ਸੀ ਦੇ ਇਸ ਤੋਂ ਇਲਾਵਾ ਮਲੇਸ਼ੀਆ ਮਾਲਦੀਵ ਇਰਾਕ ਜਰਡਨ ਦੱਖਣੀ ਅਫਰੀਕਾ ਸ਼੍ਰੀਲੰਕਾ ਸੰਯੁਕਤ ਅਰਬ ਅਮੀਰਾਤ ਮੇਸਰ ਸਮੇਤ 58 ਦੇਸ਼ਾਂ ਨੇ VOTING ਦੇ ਵਿੱਚ ਹਿੱਸਾ ਨਹੀਂ ਲਿਆ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੀ ਅਗਵਾਈ ਵਿੱਚ ਇਹ ਪ੍ਰਸਤਾਵ ਜੁਕਰੀਨ ਦੀ ਰੂਸੀ ਫੌਜਾਂ ਵੱਲੋਂ ਸਥਾਨਿਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਰੂਪ ਵਿੱਚ ਬਹਿਸ਼ੀ ਮਨੁੱਖੀ ਅਧਿਕਾਰ ਉਲੰਘਣਾ ਦੇ ਵਿਰੋਧ ਵਿੱਚ ਇਹ ਲਿਆਂਦਾ ਗਿਆ ਹੈ ਤੇ ਅਗਲੀ ਖਬਰ ਹੈ ਕਿ ਸੰਯੁਕਤ ਸੁਖਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਾਂਗਰਸ ਹਾਈ ਕਮਾਨ ਪੰਜਾਬ ਦੇ ਵਿੱਚ ਆਪਣੀ ਕਾਂਗਰਸ ਪਾਰਟੀ ਨੂੰ ਲਵਾਰਸ ਨਾ ਛੱਡੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਸਾਕੇ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵੱਲ ਧਿਆਨ ਦੇਵੇ ਸੂਬੇ ਦੇ ਵਿੱਚ ਕਾਂਗਰਸ ਦਾ ਜਲੂਸ ਨਾ ਨਿਕਣ ਦਿੱਤਾ ਜਾਵੇ ਰੰਦਾਵਾ ਨੇ ਕਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਸਾਨੂੰ ਲਵਾਰਸ ਨਾ ਛੱਡੇ ਉਹਨਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੱਜ ਧਰਨੇ ਦੌਰਾਨ ਪਾਰਟੀ ਦੇ ਦੋ ਨੇਤਾਵਾਂ ਵਿਚਕਾਰ ਜੋ ਘਟਨਾ ਵਾਪਰੀ ਉਹ ਬੇहद ਸ਼ਰਮਨਾਕ ਹੈ ਉਨ੍ਹਾਂ ਕਾਂਗਰਸ ਹਾਈ ਕਮਾਂਡ ਦੇ ਨੂੰ ਕਿਹਾ ਹੈ ਕਿ ਦੇਖ ਕਿ ਦੇਸ਼ ਚ ਹੁਣ ਸਿਰਫ ਦੋ ਸੂਬਿਆਂ ਚ ਛੱਤੀਗੜ੍ਹ ਤੇ ਰਾਜਸਥਾਨ ਚ ਕਾਂਗਰਸ ਦੀਆਂ ਸਰਕਾਰਾਂ ਰਹਿ ਗਈਆਂ ਜੇਕਰ ਸਮਾਰਿਆਂ ਦੇ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਨਾ ਕੀਤੀ ਤਾਂ ਹੋਰ ਵੀ ਦੁਖਦਾਈ ਦਿਨ ਦੇਖਣ ਨੂੰ ਮਿਲਣਗੇ ਤੇ ਅਗਲੀ ਖਬਰ ਹੈ ਕਿ 10 April ਤੋਂ 18 ਸਾਲ ਤੋਂ ਵੱਧ ਉਮਰ ਵਾਲੇ ਲਗਵਾ ਸਕਣਗੇ ਕਰੋਨਾ ਦੀ ਬੂਸਟਰ ਡੋਜ਼ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਸਰਫੋ ਲੋਕ ਲਗਵਾ ਸਕਦੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਜਿਨ੍ਹਾਂ ਨੇ 9 ਮਹੀਨੇ ਪਹਿਲਾਂ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਲਈ ਗਈ ਲੈ ਹੋਵੇ ਟੀਕਾ ਕਰਨ ਦੀ ਸਹੂਲਤ ਸਾਰੇ ਹੀ ਪ੍ਰਾਈਵੇਟ ਸਰਕਾਰੀ ਹਸਪਤਾਲਾਂ ਵਿੱਚ ਹੋਵੇਗੀ